ਪੰਜਾਬੀ ਮੁੰਡੇ ਮਨਜੀਤ ਸਿੰਘ ਸੰਘਾ ਦੇ ਨਾਲ ਨਜ਼ਰ ਆਏ ਬਾਲੀਵੁੱਡ ਦੇ ਖਲਨਾਇਕ ਸੰਜੇ ਦੱਤ। ਮਹਿਜ਼ 13 ਸਾਲ ਦੀ ਉਮਰ 'ਚ ਇਸ ਨੌਜਵਾਨ ਨੇ ਸ਼ੁਰੂ ਕੀਤਾ ਸੀ ਕੰਮ। ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਵਿਦੇਸ਼ ਗਿਆ ਇਹ ਨੌਜਵਾਨ ਬਣਿਆ ਅੱਜ ਦੇ ਸਮੇਂ 'ਚ ਕਰੋੜਾਂ ਦਾ ਮਾਲਕ। ਸਤਿ ਸ਼੍ਰੀ ਅਕਾਲ, ਮੈਂ ਸੋਨੀਆ, ਗੱਲ ਕਰਾਂਗੇ ਅੱਜ ਉਸ ਨੌਜਵਾਨ ਦੀ ਜਿਸਨੇ ਮਹਿਜ਼ 13 ਸਾਲ ਦੀ ਉਮਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਨੌਜਵਾਨ ਜੋ ਆ ਅੱਜ ਕਿਸੇ ਵੀ ਪਹਿਚਾਣ ਦਾ ਮੁਹਤਾਜ ਨਹੀਂ ਹੈ। ਇਸ ਨੌਜਵਾਨ ਨੂੰ ਪੰਜਾਬੀ ਇੰਡਸਟਰੀ ਤੋਂ ਲੈ ਕੇ ਬਾਲੀਵੁੱਡ ਦੇ ਕਲਾਕਾਰ ਮਿਲਦੇ ਨੇ। ਸੋਸ਼ਲ ਮੀਡੀਆ ਉੱਤੇ ਇਸ ਦੀ ਮਿਹਨਤ ਦੀਆਂ ਤਸਵੀਰਾਂ ਵੀ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਨੇ। ਮੈਂ ਗੱਲ ਕਰ ਰਹੀ ਹਾਂ ਮਨਜੀਤ ਸਿੰਘ ਸੰਘਾ ਦੀ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਫੇਮਸ ਹੈ। ਮਹਿਜ਼ 13 ਸਾਲ ਦੀ ਉਮਰ ਦੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਪੰਜਾਬ ਦੇ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਇਹ ਮੁੰਡਾ ਜੋ ਸੀਗਾ ਵਿਦੇਸ਼ ਦੇ ਵਿੱਚ ਗਿਆ ਸੀ, ਜਿੱਥੇ ਜਾ ਕੇ ਇਸ ਨੇ ਕੰਮ ਕੀਤਾ। ਇਸ ਦੇ ਫੈਮਲੀ ਦੀ ਗੱਲ ਕਰੀਏ ਤਾਂ ਫੈਮਲੀ ਦੇ ਵਿੱਚ ਕੋਈ ਵੀ ਜ਼ਿਆਦਾ ਰਿਚ ਨਹੀਂ ਸੀ, ਪਰ ਫਾਦਰ ਸਾਹਿਬ ਦੇ ਵੱਲੋਂ ਬਹੁਤ ਸਾਰੇ ਰੈਸਟੋਰੈਂਟਸ ਦੇ ਵਿੱਚ ਕੰਮ ਕੀਤਾ ਗਿਆ। ਪਰ ਇਸ ਦੌਰਾਨ ਉਸਦੇ ਪਿਤਾ ਬਿਮਾਰ ਰਹਿਣ ਲੱਗ ਪਏ। ਘਰ ਦੇ ਹਾਲਾਤ ਕੁਛ ਇਸ ਤਰ੍ਹਾਂ ਦੇ ਹੋ ਗਏ ਸਨ ਕਿ ਉਸਨੇ ਖੁਦ ਘਰ ਦਾ ਖਰਚਾ ਚਲਾਉਣ ਲਈ ਮਿਹਨਤ ਸ਼ੁਰੂ ਕਰ ਦਿੱਤੀ ਸੀ। ਘਰ ਦੇ ਮਾੜੇ ਹਾਲਤ ਅਤੇ ਪਿਤਾ ਦੀ ਬਿਮਾਰੀ ਕਾਰਨ ਮਨਜੀਤ ਨੇ 13 ਸਾਲ ਦੀ ਉਮਰ 'ਚ ਫੈਸਲਾ ਕੀਤਾ ਕਿ ਉਹ ਖੁਦ ਆਪਣੇ ਪਰਿਵਾਰ ਦੀ ਦੇਖਭਾਲ ਕਰੇਗਾ। ਉਸਨੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕੀਤੀਆਂ, ਔਨਲਾਈਨ ਕਾਰੋਬਾਰੀ ਬਣਨ ਦਾ ਸੁਪਨਾ ਵੇਖਿਆ, ਫਿਰ ਉਸਨੂੰ ਪੂਰਾ ਕਰਨ ਦੇ ਲਈ ਜੀ ਜਾਨ ਇਕਜੁੱਟ ਕਰ ਦਿੱਤੀ। ਉਸਨੇ ਵੱਖ ਵੱਖ ਉਤਪਾਦਾਂ ਲਈ ਸੋਸ਼ਲ ਮੀਡੀਆ ਐਡਵਰਟਾਈਜ਼ਮੈਂਟ ਬਣਾਉਣੇ ਸ਼ੁਰੂ ਕੀਤੇ, ਕਈ ਵੈਬਸਾਈਟਸ ਬਣਾਈਆਂ। ਉਸਨੇ ਕਦੇ ਵੀ ਦੋਸਤਾਂ ਦੇ ਨਾਲ ਸਮਾਂ ਨਹੀਂ ਬਿਤਾਇਆ ਅਤੇ ਨਾ ਹੀ ਇਸ ਸਭ ਲਈ ਉਸਦੇ ਕੋਲ ਸਮਾਂ ਸੀ। ਜਦੋਂ ਉਸਦੇ ਦੋਸਤ ਪਾਰਟੀਜ਼ ਕਰਦੇ ਸੀ, ਉਸ ਟਾਈਮ ਦੇ ਵਿੱਚ ਸਟਰਗਲ ਕਰ ਰਿਹਾ ਸੀ ਤਾਂ ਕਿ ਜ਼ਿੰਦਗੀ ਦੇ ਵਿੱਚ ਕੁਝ ਬਣ ਸਕੇ। ਤਾਂ ਦੱਸ ਦਈਏ ਕਿ ਮਨਜੀਤ ਸਿੰਘ ਸੰਘਾ ਨੇ ਆਪਣੇ ਹਾਰਡਵਰਕ ਦੇ ਨਾਲ ਕਰੋੜਾਂ ਰੁਪਏ ਦੀ ਕਮਾਈ ਕੀਤੀ। ਅੱਜ ਦੇ ਸਮੇਂ ਉਸ ਕੋਲ ਆਪਣਾ ਜਹਾਜ਼ ਹੈ। ਮਨਜੀਤ ਸਿੰਘ ਸੰਘਾ ਨੇ ਕੁਝ ਸਮਾਂ ਪਹਿਲਾਂ ਹੀ ਆਪਣੇ ਪਿਤਾ ਨੂੰ ਕਰੋੜਾਂ ਰੁਪਏ ਦੀ ਗੱਡੀ ਗਿਫਟ ਕੀਤੀ ਸੀ। ਇਸ ਦੇ ਨਾਲ ਹੀ ਕਈ ਸੈਲੀਬ੍ਰਿਟੀਜ਼ ਵੀ ਉਸਨੂੰ ਮਿਲਣ ਦੇ ਲਈ ਪਹੁੰਚਦੇ ਨੇ। ਬੀਤੇ ਦਿਨੀ ਕਪਿਲ ਸ਼ਰਮਾ ਵੀ ਉਸਨੂੰ ਮਿਲੇ ਸਨ। ਹੁਣ ਸੰਜੇ ਦੱਤ ਦੇ ਨਾਲ ਵੀ ਇਸ ਨੌਜਵਾਨ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਨ੍ਹਾਂ 'ਚ ਸੰਜੇ ਦੱਤ ਉਸਦੇ ਪਿਤਾ ਨੂੰ ਮਿਲਦੇ ਹੋਏ ਨਜ਼ਰ ਆ ਰਹੇ ਨੇ। ਮਨਜੀਤ ਸਿੰਘ ਖੁਦ ਵੀ ਸੰਜੇ ਦੱਤ ਨੂੰ ਆਦਰ ਸਤਿਕਾਰ ਦਿੰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਦੇ ਪੈਰਾਂ ਨੂੰ ਹੱਥ ਲਗਾ ਕੇ ਆਸ਼ੀਰਵਾਦ ਲੈਂਦੇ ਹੋਏ ਇਸ ਨੌਜਵਾਨ ਨੂੰ ਅਸੀਂ ਵੇਖ ਸਕਦੇ ਹਾਂ। ਤਾਂ ਦੱਸ ਦਈਏ ਕਿ ਇਸ ਨੌਜਵਾਨ ਦੇ ਵੱਲੋਂ ਕਾਫੀ ਮਿਹਨਤ ਕੀਤੀ ਗਈ। ਇੱਕ ਵੀਡੀਓ ਕਾਫੀ ਜ਼ਿਆਦਾ ਸੋਸ਼ਲ ਮੀਡੀਆ 'ਤੇ ਟ੍ਰੈਂਡ ਕੀਤੀ ਸੀ, ਜਿੱਥੇ ਇਸ ਮੁੰਡੇ ਦੇ ਵੱਲੋਂ ਆਪਣੇ ਫਾਦਰ ਸਾਹਿਬ ਨੂੰ ਇੱਕ ਸਰਪ੍ਰਾਈਜ਼ ਦਿੱਤਾ ਜਾਂਦਾ, ਉਹ ਗੱਡੀ ਦਿੱਤੀ ਜਾਂਦੀ ਹੈ ਜੋ ਇਸਦੇ ਫਾਦਰ ਸਾਹਿਬ ਦੀ ਫੇਵਰੇਟ ਹੁੰਦੀ ਹੈ, ਤਾਂ ਗੱਡੀ ਦੇ ਕੋਲ ਇਹ ਲੈ ਕੇ ਜਾਂਦਾ, ਬਿਠਾਉਂਦਾ, ਤਾਂ ਫਾਦਰ ਸਾਹਿਬ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿੰਦਾ। ਤਾਂ ਕੁਝ ਇਸ ਤਰੀਕੇ ਦੇ ਨਾਲ ਹਰ ਕਿਸੇ ਨੂੰ ਆਪਣੀ ਲਾਈਫ ਦੇ ਵਿੱਚ ਮਿਹਨਤ ਕਰਨੀ ਚਾਹੀਦੀ ਹੈ, ਤਾਂ ਜੋ ਉਸਦੇ ਸੁਪਨੇ ਜੋ ਆ ਸਾਕਾਰ ਹੋ ਸਕਣ, ਇੱਕ ਸਮੇਂ 'ਤੇ ਆ ਕੇ ਉਹ ਵੀ ਇੱਕ ਵੱਡਾ ਮੁਕਾਮ ਹਾਸਲ ਕਰ ਸਕੇ।